ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਕੱਲ੍ਹ ਤੁਹਾਡਾ ਟੈਸਟ ਲਿਆ ਸੀ, ਜਿਹਦੇ ਵਿੱਚੋਂ ਕਾਫ਼ੀ ਬੱਚਿਆਂ ਨੇ ਪੂਰੇ ਨੰਬਰ ਲੈ ਲਏ, ਪਰ ਕੁਛ ਇੱਕ ਬੱਚੇ ਸੀ ਜਿਨ੍ਹਾਂ ਦੇ ਟੈਸਟ ਦੇ ਵਿੱਚੋਂ ਘੱਟ ਨੰਬਰ ਆਏ ਹੈ। ਅਤੇ ਸੋ ਬੇਟਾ, ਉਹ ਟੈਸਟ ਆਪਾਂ ਸੋਲਵ ਕਰਨ ਲੱਗੇ ਹਾਂ, ਧਿਆਨ ਦੇ ਨਾਲ ਦੇਖ ਲਓ। ਜਿਨ੍ਹਾਂ ਬੱਚਿਆਂ ਦੇ ਨੰਬਰ ਕੱਟੇ ਗਏ ਉਹ ਸਮਝ ਲਓ ਇਹਨੂੰ, ਠੀਕ ਹੈ? ਸਭ ਤੋਂ ਪਹਿਲਾ ਸਵਾਲ ਬੇਟਾ ਉਹਦੇ ਵਿੱਚ ਸੀਗਾ ਵੀ ਮਹੱਤਮ ਸਮਾਵਰਤਕ ਦਾ ਅਰਥ ਹੈ। ਤਾਂ ਪਹਿਲਾ ਹੈਗਾ ਬੇਟਾ ਵੱਡੇ ਤੋਂ ਵੱਡਾ ਸਾਂਝਾ ਗੁਣ ਖੰਡ ਪਤਾ ਕਰਨਾ, ਦੂਜਾ ਸੀ ਛੋਟੇ ਤੋਂ ਛੋਟਾ ਸਾਂਝਾ ਗੁਣਜ ਪਤਾ ਕਰਨਾ, ਉਪਰੋਕਤ ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੇਟਾ ਮਹੱਤਮ ਸਮਾਵਰਤਕ ਦਾ ਅਰਥ ਹੁੰਦਾ ਹੈ HCF, ਹਾਈਐਸਟ ਕੋਮਨ ਫੈਕਟਰ, ਵੱਡੇ ਤੋਂ ਵੱਡਾ ਸਾਂਝਾ ਗੁਣ ਖੰਡ ਪਤਾ ਕਰਨਾ, ਇਹ ਮਹੱਤਮ ਆ। ਜੇ ਉਹ ਲਘੁੱਤਮ ਕਹਿੰਦਾ ਫਿਰ ਛੋਟੇ ਤੋਂ ਛੋਟਾ ਸਾਂਝਾ ਗੁਣਜ, ਤਾਂ ਇਹਦੇ ਲਈ ਬੇਟਾ ਗੁਣਜ ਅਤੇ ਗੁਣ ਖੰਡਾਂ ਦਾ ਕੰਸੈਪਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਇਹਦਾ ਉੱਤਰ ਕੀ ਸੀ? ਪਹਿਲਾ ਬਣਦਾ ਸੀ ਵੱਡੇ ਤੋਂ ਵੱਡਾ ਸਾਂਝਾ ਗੁਣਜ ਪਤਾ ਕਰਨਾ, ਇਹਨੂੰ ਆਪਾਂ ਟਿੱਕ ਕਰ ਦੇਣਾ ਸੀਗਾ। ਉਦੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਸਵਾਲ ਨੰਬਰ 2, ਕਹਿੰਦਾ ਕਿ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਵਿੱਚੋਂ ਕਿਸੇ ਇੱਕ ਸੰਖਿਆ ਦੇ ਬਰਾਬਰ ਹੋ ਸਕਦਾ ਹੈ। ਤਾਂ ਬੇਟਾ ਬਿਲਕੁਲ ਹੋ ਸਕਦਾ, ਮੰਨ ਲਓ 4 ਅਤੇ 8 ਦਾ ਮਹੱਤਮ ਸਮਾਵਰਤਕ ਲੈਂਦੇ ਹਾਂ ਤਾਂ 4 ਆਜੂਗਾ, ਕਿਉਂਕਿ ਉਹ ਦੋਵੇਂ ਸੰਖਿਆਵਾਂ ਨੂੰ ਪੂਰਾ ਪੂਰਾ ਵੰਡਦਾ ਹੁੰਦਾ ਹੈ। ਜੇ 5 ਅਤੇ 15 ਦਾ ਮਹੱਤਮ ਸਮਾਵਰਤਕ ਲੈਂਦੇ ਹਾਂ ਤਾਂ ਉਹਦੇ ਗੁਣ ਖੰਡ 5 ਸਭ ਤੋਂ ਵੱਡਾ ਆ ਜਾਂਦਾ ਹੈ ਨਾ, ਤਾਂ ਹਾਈਐਸਟ ਕੋਮਨ ਫੈਕਟਰ। ਹਾਂ, ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਵਿੱਚੋਂ ਛੋਟੀ ਸੰਖਿਆ ਦੇ ਬਰਾਬਰ ਹੋ ਸਕਦਾ ਹੈ, ਵੱਡੀ ਸੰਖਿਆ ਦੇ ਬਰਾਬਰ ਨਹੀਂ ਹੋਊਗਾ। ਛੋਟੀ ਸੰਖਿਆ ਕਿਸੇ ਇੱਕ ਸੰਖਿਆ ਦੇ ਬਰਾਬਰ ਹੋ ਸਕਦਾ। ਉਦਾਹਰਣ ਬੇਟਾ ਤੁਹਾਨੂੰ ਦੇ ਦਿੱਤੀ, ਜਿਵੇਂ ਮੰਨ ਲਓ 8 ਅਤੇ 24 ਲੈ ਲੈਂਦੇ ਹਾਂ, ਤਾਂ 8 ਅਤੇ 24 ਦੇ ਵਿੱਚੋਂ ਜਦੋਂ ਆਪਾਂ ਮਹੱਤਮ ਕੱਢਾਂਗੇ ਤਾਂ 8 ਉੱਤਰ ਆ ਜਾਊਗਾ। ਮਤਲਬ ਛੋਟੀ ਸੰਖਿਆ ਦੇ ਬਰਾਬਰ ਹੋ ਸਕਦਾ ਜਾਂ ਉਦੋਂ ਵੀ ਛੋਟਾ ਹੋ ਸਕਦਾ, ਪਰ ਉਦੋਂ ਵੱਡਾ ਨਹੀਂ ਹੋ ਸਕਦਾ। ਤਾਂ ਇਹਦਾ ਉੱਤਰ ਆ ਜਾਣਾ ਸੀ ਹਾਂ, ਠੀਕ ਹੈ ਬੇਟਾ। ਉਦੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਆ ਗਿਆ, ਕਹਿੰਦਾ ਕਿ ਦੋ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਉਹਨਾਂ ਵਿੱਚੋਂ ਕਿਸੇ ਇੱਕ ਸੰਖਿਆ ਦੇ ਬਰਾਬਰ ਹੋ ਸਕਦਾ ਹੈ। ਤਾਂ ਬੇਟਾ ਦੋ ਸੰਖਿਆਵਾਂ ਦਾ ਲਘੂਤਮ ਸਮਾਵਰਤਕ, ਲਘੂਤਮ ਹੁੰਦਾ ਹੈ ਲੀਸਟ ਕੋਮਨ ਮਲਟੀਪਲ, ਛੋਟੇ ਤੋਂ ਛੋਟਾ ਸਾਂਝਾ ਗੁਣਜ। ਉਹੀ ਆਪਾਂ ਉਦਾਹਰਣ ਲੈ ਲੈਂਦੇ, ਜਿਵੇਂ 8 ਅਤੇ 24 ਦਾ ਜਦੋਂ ਅਸੀਂ ਲਘੂਤਮ ਲੈਂਦੇ ਹਾਂ ਤਾਂ 24 ਆ ਜਾਂਦਾ ਆ, ਠੀਕ ਹੈ? ਤਾਂ 24 ਦਾ ਮਤਲਬ ਵੱਡੀ ਸੰਖਿਆ ਦੇ ਬਰਾਬਰ ਹੋ ਸਕਦਾ ਆ। ਦੋ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਉਹਨਾਂ ਵਿੱਚੋਂ ਕਿਸੇ ਇੱਕ ਸੰਖਿਆ ਦੇ ਬਰਾਬਰ ਹੋ ਸਕਦਾ, ਤਾਂ ਇਹਦਾ ਉੱਤਰ ਆਉਣਾ ਸੀ ਹਾਂ, ਹੋ ਸਕਦਾ ਆ, ਠੀਕ ਹੈ ਬੇਟਾ। ਤੁਹਾਨੂੰ ਦੱਸ ਦਿੱਤਾ, ਮੰਨ ਲਓ ਤੁਸੀਂ 4 ਅਤੇ 8 ਹੀ ਲੈਂਦੇ ਹਾਂ ਤਾਂ 4 ਅਤੇ 8 ਦਾ ਲਘੂਤਮ ਕਿੰਨਾ ਆਜੂਗਾ? 8, ਕਿਉਂਕਿ 8 4 ਤੇ ਵੀ ਵੰਡੇ ਜਾਂਦੇ, 8 ਤੇ ਵੀ ਵੰਡੇ ਜਾਂਦੇ ਆ। ਉਦੋਂ ਬਾਅਦ ਬੇਟਾ ਆ ਗਏ ਆਪਾਂ ਕੁਸ਼ਚਨ ਨੰਬਰ 4 ਦੇ ਉੱਤੇ। ਤਾਂ ਇਹਦੇ ਵਿੱਚ ਕੀ ਕਹਿੰਦਾ ਪਿਆ? ਕਹਿੰਦਾ ਦੋ ਅਭਾਜ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਉਹਨਾਂ ਸੰਖਿਆਵਾਂ ਦਾ ਆਪਸੀ ਜੋੜ ਹੁੰਦਾ, ਆਪਸੀ ਗੁਣਾ ਹੁੰਦਾ ਆ। ਤਾਂ ਬੇਟਾ ਹਮੇਸ਼ਾ ਦੋ ਅਭਾਜ ਸੰਖਿਆਵਾਂ ਦਾ ਆਪਸੀ ਲਘੂਤਮ ਸਮਾਵਰਤਕ ਆ ਜਿਹੜਾ, ਉਹਨਾਂ ਸੰਖਿਆਵਾਂ ਦਾ ਆਪਸੀ ਗੁਣਾ ਹੁੰਦੀ ਆ। ਮੰਨ ਲਓ ਦੋ ਅਭਾਜ ਸੰਖਿਆਵਾਂ ਆਪਾਂ ਲੈ ਲਈਆਂ 3 ਅਤੇ 5, ਅਭਾਜ ਹੈ ਨਾ, 3 ਅਤੇ 5 ਦਾ ਲਘੂਤਮ ਦੇਵਾਂ, ਕਿਉਂਕਿ ਸਾਂਝਾ ਗੁਣ ਖੰਡ ਹੀ ਕੋਈ ਨਹੀਂ ਹੋਣਾ, ਸਿਰਫ ਇੱਕ ਹੀ ਸਾਂਝਾ ਹੁੰਦਾ ਆ, ਠੀਕ ਹੈ? ਤਾਂ ਇਸ ਕਰਕੇ ਜਦੋਂ ਸਾਂਝਾ ਗੁਣ ਖੰਡ ਕੋਈ ਨਹੀਂ, ਫਿਰ ਉਹਨਾਂ ਦੀ ਆਪਸੀ ਗੁਣਾ ਹੁੰਦਾ ਉਹਨਾਂ ਦਾ ਲਘੂਤਮ ਸਮਾਵਰਤਕ। 3 ਅਤੇ 5 ਦਾ ਲਘੂਤਮ ਸਮਾਵਰਤਕ ਕਿੰਨਾ ਆਜੂਗਾ? 15 ਆਜੂਗਾ, ਠੀਕ ਹੈ? ਇਸੇ ਤਰ੍ਹਾਂ ਮੰਨ ਲਓ 2 ਅਤੇ 3 ਲੈ ਲੈਂਦੇ ਹਾਂ ਤਾਂ 2 ਅਤੇ 3 ਦੇ ਵਿੱਚ ਸਾਂਝਾ ਕੋਈ ਨਹੀਂ, ਸਿੱਧੀ ਉਹਨਾਂ ਦੀ ਆਪਸ ਦੇ ਵਿੱਚ ਗੁਣਾ ਕਰ ਦਾਂਗੇ ਲਘੂਤਮ ਕੱਢਣ ਦੇ ਲਈ, ਤਾਂ ਉਹਨਾਂ ਦੀ ਆਪਸੀ ਗੁਣਾ ਹੁੰਦਾ ਹੈ, ਠੀਕ ਹੈ ਬੇਟਾ।
ਨੈਕਸਟ ਬੇਟਾ ਆਪਾਂ ਕਰਦੇ ਹਾਂ ਸਵਾਲ ਨੰਬਰ 5। ਸਵਾਲ ਨੰਬਰ 5 ਦੇ ਵਿੱਚ ਕੀ ਕਹਿੰਦਾ ਪਿਆ, ਕਹਿੰਦਾ ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਸੰਖਿਆਵਾਂ ਦਾ, ਤਾਂ ਬੇਟਾ ਮਹੱਤਮ ਸਮਾਵਰਤਕ ਹਮੇਸ਼ਾ ਹੀ ਇੱਕ ਹੋਊਗਾ ਦੋ ਅਭਾਜ ਸੰਖਿਆਵਾਂ ਦਾ, ਕਿਉਂਕਿ ਕੋਈ ਵੀ ਗੁਣਖੰਡ ਇਹਦੇ ਵਿੱਚ ਸਾਂਝਾ ਨਹੀਂ ਹੁੰਦਾ। ਅਭਾਜ ਸੰਖਿਆਵਾਂ ਦੇ ਵਿੱਚ ਸਿਰਫ ਇੱਕ ਹੀ ਗੁਣਖੰਡ ਅਜਿਹਾ ਜਿਹੜਾ ਸਾਂਝਾ ਹੁੰਦਾ ਹੈ, ਠੀਕ ਹੈ। ਤਾਂ ਇਸ ਕਰਕੇ ਦੋ ਅਭਾਜ ਸੰਖਿਆਵਾਂ, ਮੰਨ ਲਓ ਤੁਸੀਂ 5 ਅਤੇ 7 ਲੈ ਲਈਆਂ, ਜਦੋਂ ਇਹਦੇ ਮਹੱਤਮ ਕੱਢੋਗੇ ਤੁਸੀਂ, ਭਾਵੇਂ ਭਾਗ ਵਿਧੀ ਨਾਲ ਕੱਢ ਲਓ ਭਾਵੇਂ ਗੁਣਖੰਡ ਵਿਧੀ ਨਾਲ ਕਰ ਲਓ, ਤਾਂ ਹਮੇਸ਼ਾ ਜਿਹੜਾ ਹੈਗਾ ਆ ਇੱਕ ਹੁੰਦਾ ਆ ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਵਰਤਕ, ਠੀਕ ਹੈ ਬੇਟਾ। ਉਦੋਂ ਬਾਅਦ ਦੇ ਵਿੱਚ ਬੇਟਾ 6 ਨੰਬਰ ਸਵਾਲ 'ਤੇ ਆ ਗਏ ਸੀ ਆਪਾਂ, ਕਹਿੰਦਾ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਸੰਖਿਆਵਾਂ ਵਿੱਚੋਂ ਛੋਟੀ ਸੰਖਿਆ ਦੇ ਬਰਾਬਰ ਜਾਂ ਛੋਟਾ ਹੋ ਸਕਦਾ ਹੈ, ਤਾਂ ਬੇਟਾ ਬਿਲਕੁਲ ਠੀਕ ਹੈ ਇਹ, ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਵਿੱਚੋਂ ਛੋਟੀ ਸੰਖਿਆ ਦੇ ਬਰਾਬਰ ਵੀ ਹੋ ਸਕਦਾ, ਜਿਵੇਂ ਆਪਾਂ 4 ਅਤੇ 8 ਦਾ ਮਹੱਤਮ ਸਮਾਵਰਤਕ 4 ਲਿਆ ਸੀ, ਠੀਕ ਹੈ, ਤਾਂ ਉਹਦੇ ਤੋਂ ਛੋਟਾ ਵੀ ਹੋ ਸਕਦਾ ਆ, ਜ਼ਰੂਰੀ ਨਹੀਂ। ਇਹ ਜਦੋਂ ਤੁਸੀਂ ਅਭਿਆਸ ਕਰੋਗੇ ਪਹਿਲੇ ਸਵਾਲ, ਤਾਂ ਤੁਹਾਨੂੰ ਇਹ ਗੱਲ ਕਲੀਅਰ ਹੋ ਜਾਊਗੀ। ਤਾਂ ਗੱਲ ਕਲੀਅਰ ਹੋ ਗਈ ਬੇਟਾ, ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਉਹਨਾਂ ਸੰਖਿਆਵਾਂ ਵਿੱਚੋਂ ਛੋਟੀ ਸੰਖਿਆ ਦੇ ਬਰਾਬਰ ਜਾਂ ਛੋਟਾ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਪੁੱਤ 8 ਅਤੇ 12 ਦਾ ਜਦੋਂ ਤੁਸੀਂ ਮਹੱਤਮ ਸਮਾਵਰਤਕ ਕੱਢੋਗੇ ਤਾਂ ਇਹਦਾ ਉੱਤਰ 4 ਆਊਗਾ, ਤਾਂ 4 ਆ ਜਿਹੜਾ ਦੋਵੇਂ ਸੰਖਿਆਵਾਂ ਤੋਂ ਛੋਟਾ ਵੀ ਆ, ਮਹੱਤਮ ਵੀ ਹੈਗਾ ਆ, ਤਾਂ ਇਹਦਾ ਉੱਤਰ ਅਸੀਂ ਹਾਂ ਲਾ ਦਾਂਗੇ, ਠੀਕ ਹੈ ਬੇਟਾ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 7, ਕਹਿੰਦਾ ਦੋ ਸੰਖਿਆਵਾਂ ਦਾ ਲਘੁੱਤਮ ਸਮਾਵਰਤਕ ਉਹਨਾਂ ਸੰਖਿਆਵਾਂ ਵਿੱਚੋਂ ਵੱਡੀ ਸੰਖਿਆ ਦੇ ਬਰਾਬਰ ਜਾਂ ਵੱਡਾ ਹੋ ਸਕਦਾ ਹੈ, ਤਾਂ ਬੇਟਾ ਇਸੇ ਤਰ੍ਹਾਂ ਹੀ ਜਦੋਂ ਆਪਾਂ 8 ਅਤੇ 12 ਹੀ ਦੋ ਸੰਖਿਆਵਾਂ ਲੈ ਲਓ, ਇਹਨਾਂ ਦਾ ਜਦੋਂ ਲਘੁੱਤਮ ਕੱਢੋਗੇ ਤਾਂ 24 ਆਊਗਾ। ਵੱਡੀ ਸੰਖਿਆ 12 ਹੋ ਸਕਦਾ ਸੀ ਪਰ ਬਣਦਾ ਨਹੀਂ ਪਿਆ, ਉਹਦੇ ਤੋਂ ਵੱਡਾ ਵੀ ਹੋ ਸਕਦਾ ਅਤੇ ਬਰਾਬਰ ਵੀ ਹੋ ਸਕਦਾ ਆ। ਸਿਰਫ ਬੇਟਾ ਕੰਸੈਪਟ ਆ, ਤੁਹਾਨੂੰ ਕਲੀਅਰ ਹੋਣਾ ਚਾਹੀਦਾ ਆ, ਠੀਕ ਹੈ ਬੇਟਾ। ਇਹ 'ਤੇ ਕਰਾਂਗੇ ਅਸੀਂ ਹਾਂ ਕਰ ਦਾਂਗੇ। ਤਾਂ ਹਾਂ ਕਰਤਾ ਬੇਟਾ, ਠੀਕ ਹੈ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਆ ਗਏ ਸਵਾਲ ਨੰਬਰ 8 ਦੇ ਉੱਤੇ। ਸਵਾਲ ਨੰਬਰ 8 ਧਿਆਨ ਦੇ ਨਾਲ ਦੇਖ ਲਓ, ਕਹਿੰਦਾ ਦੋ ਸੰਖਿਆਵਾਂ ਦਾ ਲਘੁੱਤਮ ਸਮਾਵਰਤਕ ਹਮੇਸ਼ਾ ਉਹਨਾਂ ਸੰਖਿਆਵਾਂ ਦੇ ਮਹੱਤਮ ਸਮਾਵਰਤਕ ਦਾ ਗੁਣਜ ਹੁੰਦਾ ਹੈ। ਇਹ ਵੀ ਬੇਟਾ ਜ਼ਰੂਰੀ ਆ, ਜਿਸ ਤਰ੍ਹਾਂ 4 ਅਤੇ 8 ਲੈ ਲਈਏ ਅਸੀਂ ਤਾਂ ਉਹਨਾਂ ਦਾ ਮਹੱਤਮ 4 ਆਉਂਦਾ ਅਤੇ ਲਘੁੱਤਮ 8 ਆਉਂਦਾ ਆ। ਲਘੁੱਤਮ ਹਮੇਸ਼ਾ ਹੀ ਮਹੱਤਮ ਦੇ ਉੱਤੇ ਭਾਜਯੋਗ ਹੁੰਦਾ ਜਾਂ ਮਹੱਤਮ ਦਾ ਗੁਣਜ ਹੁੰਦਾ, ਇਹਨੂੰ ਅਸੀਂ ਹਾਂ ਕਰਾਂਗੇ, ਠੀਕ ਹੈ ਬੇਟਾ। ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 8। ਬਾਕੀ ਦੇ ਸਵਾਲ ਆ ਜਿਹੜੇ ਉਹ ਆਪਾਂ 8 ਸਵਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।